ਗਲੇਡੇ ਦੇ ਵਿੱਚ ਉਹ ਗੋਲੀਆਂ ਪਾ ਪਾ ਕੇ ਜਨਰਲ ਉਠਾਉਂਦਾ ਹੈ। ਇੱਕ ਦਿਨ ਦੇਵ ਨੇ ਘਰੋਂ ਗਿਆ, ਨਦੀ ਦੇ ਵਿੱਚ ਟੋਇਆ ਫੱਟਿਆ, ਮਿੱਟੀ ਪੱਟਣ ਵਾਸਤੇ ਕਿ ਮਿੱਟੀ ਪੱਟ ਕੇ ਗੋਲੀਆਂ ਲੁੱਟਾਂ ਨੇ। ਅੱਜ ਪਰਮੇਸ਼ਰ ਦੇ ਦੇਵ ਨੇ ਤੋਹੇ ਨੂੰ ਟੋਇਆ ਫੱਟਿਆ, ਇੱਕ ਲਾਲਾ ਦਾ ਭਰਿਆ ਕੁੱਜਾ ਮਿਲ ਗਿਆ। ਪਰ ਸਾਧ ਸੰਗਤ ਜੀ ਨੂੰ ਕੁੱਜਾ ਤਾਂ ਲਾਲਾ ਦਾ ਭਰਿਆ ਮਿਲ ਗਿਆ, ਜਿਵੇਂ ਆਪਾਂ ਨੂੰ ਸਵਾਸ ਮਿਲੇ ਹੋਏ ਨੇ। ਆਪਾਂ ਨੂੰ ਵੀ ਕਦਰ ਨਹੀਂ ਹੈ ਕਿ ਕਿੰਨੇ ਕੁ ਕੀਮਤੀ ਹੈ। ਹੁਣ ਕੁੱਜਾ ਦਾ ਮਿਲ ਗਿਆ, ਲਾਲਾ ਦਾ ਭਰਿਆ ਹੋਇਆ, ਪਰ ਭਾਗਾ ਵਿੱਚ ਨਹੀਂ ਸੀ, ਪਛਾਣ ਨਹੀਂ ਸੀ। ਬੜਾ ਕੁਛ ਹੋਇਆ ਕਿ ਅੱਗੇ ਤਾਂ ਗੋਲੀਆਂ ਵੱਟਣੀਆਂ ਪੈਂਦੀਆਂ ਨੇ, ਅੱਜ ਵੱਟੀਆਂ ਵਟਾਈਆਂ ਮਿਲ ਗਈਆਂ। ਹੁਣ ਜਾ ਕੇ ਮਣੇ ਦੇ ਵਿੱਚ ਇੱਕ ਇੱਕ ਕਰਕੇ ਲਾਲ ਨੂੰ ਗਲੇਲੇ ਦੇ ਵਿੱਚ ਪਾ ਕੇ ਜਾਨਵਰ ਵਡਾਉਣ ਵਾਸਤੇ ਚਲਾਉਂਦਾ। ਸਾਧ ਸੰਗਤ ਜੀ ਦੁਪਹਿਰ ਤੱਕ ਸਾਰਾ ਕੁੱਜਾ ਲਾਲਾਂ ਦਾ ਭਰਿਆ ਹੋਇਆ ਗਲੇਲੇ ਦੇ ਵਿੱਚ ਪਾ ਕੇ ਨਦੀ ਦੇ ਵਿੱਚ ਵਾ ਦਿੱਤਾ। ਦੁਪਹਿਰ ਤੱਕ ਸਾਧ ਸੰਗਤ ਜੀ ਇੱਕ ਕਹਿੰਦੇ ਲਾਲ ਬਚਿਆ, ਜ਼ਿਮੀਦਾਰ ਦੀ ਘਰਵਾਲੀ ਪ੍ਰਸ਼ਾਦਾ ਵਗੈਰਾ ਰੋਟੀ ਲੈ ਕੇ ਆਈ। ਹੁਣ ਜ਼ਿਮੀਦਾਰ ਰੋਟੀ ਖਾਣ ਲੱਗ ਪਿਆ, ਜ਼ਿਮੀਦਾਰ ਦੀ ਘਰਵਾਲੀ ਦੇ ਕੋਲ ਛੋਟਾ ਜਿਹਾ ਗੋਦ ਦੇ ਵਿੱਚ ਬੱਚਾ। ਹੁਣ ਸਾਧ ਸੰਗਤ ਜੀ ਲਾਲ ਦੀ ਜਿਹੜੀ ਚਮਕ ਬਹੁਤ ਹੋਇਆ ਕਰਦੀ, ਹੁਣ ਉਹ ਜਵਾਕ ਨੂੰ ਬੱਚੇ ਨੂੰ ਲਾਲ ਬੜਾ ਸੋਹਣਾ ਲੱਗਿਆ, ਫੜ ਕੇ ਖੇਡਣ ਲੱਗ ਗਿਆ। ਆਓ ਮਹਾਂਪੁਰਖ ਵੀ ਪਹੁੰਚ ਗਏ ਨੇ, ਦੋ ਮਿੰਟ ਲਾ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਰੋਟੀ ਪਾਣੀ ਖਾ ਕੇ ਘਰ ਵਾਲੀ ਜ਼ਿਮੀਦਾਰ ਦੀ ਘਰ ਆਈ, ਬੱਚਾ ਘਰ ਆ ਗਿਆ, ਹੁਣ ਵਿਹੜੀ ਵਿੱਚ ਬੈਠੇ ਖੇਡਦਾ ਫਿਰਦਾ ਲਾਲ ਦੇ ਨਾਲ। ਕਹਿੰਦੇ ਜ਼ਿਮੀਦਾਰ ਦੇ ਗੁਆਂਢ ਦੇ ਵਿੱਚ ਜਵਾਰੀਆਂ ਦਾ ਘਰ ਸੀ। ਹੁਣ ਜਵਾਰੀ ਦੀ ਘਰ ਵਾਲੀ ਕੋਈ ਚੀਜ਼ ਲੈਣ ਵਾਸਤੇ ਜ਼ਿਮੀਦਾਰ ਦੇ ਘਰੇ ਆਈ ਅਤੇ ਸਾਧ ਸੰਗਤ ਜੀ ਉਹਨੇ ਲਾਲ ਦੇਖਿਆ, ਭੱਜੀ ਭੱਜੀ ਆਪਣੇ ਘਰ ਗਈ, ਘਰ ਵਾਲੇ ਨੂੰ ਕਿਹਾ ਕਿ ਮੈਂ ਗੁਆਂਢ ਦੇ ਵਿੱਚ ਜ਼ਿਮੀਦਾਰ ਦੇ ਘਰ ਲਾਲ ਦੇਖ ਕੇ ਆਈ ਹਾਂ। ਹੁਣ ਸੁਣ ਕੇ ਜਵਾਰੀ ਬੜਾ ਖੁਸ਼ ਹੋ ਗਿਆ। ਜਵਾਰੀਆਂ ਨੂੰ ਕਹਿੰਦੇ ਲਾਲ ਸਬੋਧਾਂ ਨਾਲ ਹੀ ਦਰਸ਼ਨ ਹੁੰਦੇ ਲਾਲਾਂ ਦੇ, ਆਪ ਤਾਂ ਲਾਲ ਮਿਲਿਆ ਨਹੀਂ ਕਰਦੇ। ਹੁਣ ਭੱਜਾ ਭੱਜਾ ਜਵਾਰੀ ਜ਼ਿਮੀਦਾਰ ਦੇ ਕਹਿੰਦੇ ਘਰ ਆਇਆ, ਉਹ ਜਦੋਂ ਚਮਕਦਾ ਲਾਲ ਦੇਖਿਆ, ਜ਼ਿਮੀਦਾਰ ਦੀ ਘਰਵਾਲੀ ਨੂੰ ਕਹਿੰਦਾ ਵੀ ਤੁਸੀਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵੀ ਮਾਇਆ ਮੇਰੇ ਘਰੋਂ ਆਪਣੇ ਘਰ ਹੋ ਸਕਦੇ ਹੋ ਸਾਰਾ ਡੱਬਾ ਖੋਲੋ, ਇਹ ਲਾਲ ਮੈਨੂੰ ਦੇ ਦਿਓ। ਹੁਣ ਸਾਧ ਸੰਗਤ ਜਦੋਂ ਸ਼ਾਮ ਨੂੰ ਜ਼ਿਮੀਦਾਰ ਘਰੇ ਆਇਆ ਅਤੇ ਉਹ ਜ਼ਿਮੀਦਾਰ ਦੇ ਘਰਵਾਲੇ ਨੇ ਉਹ ਘਰੇ ਗੱਲ ਦੱਸੀ ਜੀ, ਉਹ ਜਵਾਰੀ ਵਾਲੀ ਕਿ ਜਵਾਰੀ ਆਇਆ ਸੀ ਆਪਣੇ ਘਰੇ, ਕਹਿੰਦਾ ਸਾਰਾ ਟੱਬਰ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਮਾਇਆ ਢੋ ਸਕਦੇ ਹੋ ਢੋ ਲਓ, ਪਰ ਇਹ ਲਾਲ ਮੈਨੂੰ ਦੇ ਦਿਓ। ਹੁਣ ਇਹ ਗੱਲ ਸੁਣ ਕੇ ਜ਼ਿਮੀਦਾਰ ਨੂੰ ਪਤਾ ਲੱਗਿਆ ਹੁਣ ਲਾਲ ਦੀ ਕੀਮਤ ਦਾ। ਪਰ ਹੁਣ ਸਾਧ ਸੰਗਤ ਜੀ ਬਲਣਾ ਕੁਛ ਨਹੀਂ, ਕਿਉਂਕਿ ਸਾਰਾ ਕੁੱਜਾ ਤਾਂ ਇਹੋ ਜਿਹੇ ਲਾਲਾਂ ਦਾ ਗੋਪੀਏ ਦੇ ਵਿੱਚ ਤਲਾ ਚਲਾ ਕੇ ਨਦੀ ਦੇ ਵਿੱਚ ਵਹਾ ਦਿੱਤਾ। ਹੁਣ ਸਾਧ ਸੰਗਤ ਜੀ ਨੂੰ ਇੰਨੀ ਗੱਲ ਸੁਣੀ, ਚੱਕਰ ਆਉਂਦੇ ਗਜ ਖਾ ਕੇ ਡਿੱਗਿਆ, ਕਹਿੰਦੇ ਮੱਥੇ 'ਤੇ ਹੱਥ ਮਾਰਿਆ, ਉਹ ਕਹਿੰਦਾ ਬਣਾ ਇਹੋ ਜਿਹੇ ਲਾਲਾਂ ਦਾ ਕੁੱਜਾ ਭਰਿਆ ਤਾਂ ਨਦੀ ਦੇ ਵਿੱਚ ਹੜਾਤਾ ਹੈ, ਜੇ ਤੈਨੂੰ ਕਦਰ ਹੁੰਦੀ ਤਾਂ ਤੂੰ ਲਾਲਾਂ ਦੀ ਕਦਰ ਕਰਦਾ। ਇਵੇਂ ਜਿਵੇਂ ਸਾਧ ਸੰਗਤ ਜੀ ਸਵਾਸ ਜਿਹੜੇ ਨੇ ਆਪਣੇ ਇਹ ਹੀਰੇ ਜਵਾਹਰਾਤਾਂ ਤੋਂ ਇਹ ਵੱਧ ਕੀਮਤ ਨੇ, ਆਪਣੇ ਵੀ ਜਿਹੜੇ ਸਵਾਸ ਪੁਜਾਈ ਜਾ ਰਹੇ ਨੇ। ਆਪਾਂ ਵੀ ਵਿਸ਼ੇ ਰੂਪੀ ਗੋਪੀ ਦੇ ਵਿੱਚ ਹੀਰੇ ਰੂਪੀ ਲਾਲ ਇਹ ਜਿਹੜੇ ਸਵਾਸ ਨੇ ਉਹ ਚਲਾ ਰਹੇ ਹਾਂ। ਪਰ ਸਾਧ ਸੰਗਤ ਜੀ ਹੁਣ ਆਪਣੇ ਕੋਲ ਸਮਾਂ ਹੈ, ਕਰਨ ਉਹ ਤੋਂ ਸੋ ਨਾ ਪੀਓ। ਹੁਣ ਆਪਾਂ ਇਹਨਾਂ ਦੀ ਕਦਰ ਨਹੀਂ ਕਰਦੇ, ਪਰ ਉਹ ਲੋਕ ਹੈ ਬੰਦ ਨਾਨਕ ਸਮੇਂ ਉਹ ਰੰਗ ਆਪ ਕਿਉਂ ਰੋਗ ਅੰਦ। ਜਦੋਂ ਆਪਾਂ ਨੂੰ ਵੀ ਪਤਾ ਲੱਗ ਗਿਆ ਕਿ ਸਵਾਸ ਇੰਨੇ ਕੀਮਤੀ ਨੇ, ਕਹਿਣ ਤੋਂ ਭਾਵ ਉਹ ਜ਼ਿਮੀਦਾਰ ਦੇ ਵਾਂਗੂ ਸਾਨੂੰ ਵੀ ਫਿਰ ਵਕਤ ਦੇ ਮਸ਼ੀਨ ਪਛਤਾਣਾ ਪੁਰੇਗਾ। ਪਰ ਹੁਣ ਆਪਣੇ ਕੋਲ ਸਮਾਂ ਹੈ, ਭਈ ਪ੍ਰਾਪਤ ਮਾਨੁਕ ਦੇ ਵਧੀਆ ਗੋਬਿੰਦ ਮਿਲਣ ਕੇ ਤੇ ਵਧੀਆ ਅਵਰ ਕਾਜ ਦੇ ਬਿਨਾਂ ਕਾਰਨ ਮੇਰੇ ਸਾਧ ਸੰਤ ਭਾਜ ਕੇਵਲ ਮਹਾਂ
جدا كما قال لي كبير ايه كالي عادي موتي عاد فرطن سيدي بوستي جو كنه فولا جدي سواس حاصل جي سیوا بندگی پجن بندگی کر دیا سیوا کر دیا چلن گے انہا دی بہت زیادہ کے جا کے قیمت ہوئے گی پھر جدی اپا سواس اجائی بائی ہوں گے اپا میں بھگتے بھی ساسن جی ایک دن پشتونا پکے گا انہا پر انہا کچھ سمائے سمجھے سمال کر جاؤ جارا سمانا لائیے ستکار جو ماں پکے پہنچ گئے نے بینٹی ہے کہ ادھر بیبیاں والے پاسے میں رکھیا ہوئے ہیں پانچ سات بیبیاں جڑی ہیں تار میں شبد بول سکتی ہیں انہوں نے بینٹی ہے کہ بھائی میں اتنے نیڑے آ جاؤں سارے نے گھر بات کے تین حصے مجھے بولنا ہے تیجا حصہ جو ہے وہ مائیاں دسے ہے میرے کے بولنا ہے سارے نے اور گھر بات کے بولنا ہے کیونکہ میں ماں پوچھا لکھایا ہے مائیاں والے پاسے جنیاں کو سیاڑیاں مائیاں نے پانچ سات جنیاں شبد مجھے بول سکتی ہیں انہوں نے بینٹی ہے کہ بھائی میں اتنے نیڑے آ جاؤں سب آؤ تو لگ پہ دی کما ماں پوچھا دی ماں پوچھا بابا نے گرو کر دیا کتا کہانیاں سن کے سمے اور سواسا نو سمے کرنا ہے جی انہاں چکا دی کما بلاؤ سارے گھر والے کے پتے واہ ہی مجھے کا خالصہ واہ ہی مجھے